ਇਹੋ ਕਸੀਦਾ ਹੈ ਜਿਹੜਾ ਮੈਂ ਨਾਚੀਜ਼ ਦੀ ਪਹਿਚਾਣ ਬਣੇ ਨੈਟ ਤੇ ਮੌਜੂਦ ਹੈ। ਬਾਰਵੇਂ ਆਕਾ ਦਾ ਕਸੀਦਾ ਹੈ, ਹੁਕਮ ਕੀਤਾ ਹੈ ਕੁਰਾਨ ਜਿਤਨਾ ਜ਼ਿਆਦਾ ਪੜ੍ਹਿਆ ਜਾਵੇ ਉਸਦਾ ਉਤਨਾ ਜ਼ਿਆਦਾ ਸਵਾਬ ਹੈ, ਔਰ ਮੋਮਿਨੀਨ ਦਾ ਹੁਕਮ ਹੈ, ਹੁਕਮ ਦੀ ਤਾਮੀਲ ਕਰ ਰਹੇ ਹਾਂ। ਜਨਾਬ ਮਿਸਰਾ ਫਿਕਰ ਜਗਾਉਣ ਵਾਲਾ ਹੈ, ਸ਼ੇਰ ਸਵਾਰ ਸੁਣਾਉਣ ਵਾਲਾ ਹੈ, ਮਿਸਰਾ ਫਿਕਰ ਜਗਾਉਣ ਵਾਲਾ ਹੈ, ਸ਼ੇਰ ਸਵਾਰ ਸੁਣਾਉਣ ਵਾਲਾ ਹੈ, ਰੁੱਖ ਹਾਲਾਤ ਬਦਲਦੇ ਪਏ ਹਨ ਲੱਗਦਾ ਬਾਹਰਵਾਂ ਆਉਣ ਵਾਲਾ ਹੈ। ਪੂਰਾ ਮਜਮਾ ਨਾ ਬੋਲਿਆ ਮੈਂ ਇਮਾਮ ਹੁਸੈਨ ਦਾ ਜ਼ਾਕਰ ਹੀ ਸੋਚਾ
Shabas. Sendal selamat roh. Kali bangla. Main bismillah kala. Main bismillah kala jaldiya. Jaldiya, jaldiya. Jaldiya, jaldiya, jaldiya. حکم دی تعمیل کر رہے ہیں
ਸੀ ਉਹਨਾਂ ਦਾ ਲਿਖਿਆ ਹੋਇਆ, ਉਸਤਾਦ ਡਾਕਟਰ ਮਲਕ ਮੁਸਤਾਕ ਖੋਖਰ ਸਾਹਿਬ ਦਾ ਲਿਖਿਆ ਹੋਇਆ। ਮੈਂ ਜਨਾਬ ਨੂੰ ਸੁਣਾਉਣ ਲੱਗਾ, ਉਸਦਾ ਹੁਕਮ ਹੈ, ਮੈਂ ਉਹਨਾਂ 'ਚ ਹਿੱਸਾ ਨਹੀਂ ਪੜ੍ਹ ਸਕਦਾ, ਮੇਰੀ ਜ਼ਰੂਰਤ ਹੀ ਨਹੀਂ। ਮਾਲਕਾਂ ਦੇ ਬਹੁਤ ਬੜੇ ਜ਼ਾਕਰ ਹਨ, ਉਹ ਜੁੱਤੀ ਝਾੜਨ ਤਾਂ ਮੇਰੇ ਵਰਗੇ ਕਈ ਨਿਕਲਦੇ, ਮੇਰੀ ਜ਼ਰੂਰਤ ਨਹੀਂ। ਕੋਸ਼ਿਸ਼ ਕਰਦਾ ਕਿ ਮੈਂ ਜਨਾਬ ਨੂੰ ਰਾਜ਼ੀ ਕਰ ਗਿਆ। ਚਮੜੇ ਦੀ ਕੁਰਸੀ ਤੇ ਬਸ ਫੈਸਲੇ ਪਲੀਜ਼। ਜਿਹੜੇ ਲੋਕ ਆ ਦੇਣ ਸ਼ੈਤਾਨ ਜਹਨਮ ਚ ਮਿਲਣਾ, ਪਹਿਲੇ ਤੇ ਹੋ ਹੀ ਨਹੀਂ ਸਕਦਾ, ਅਗਰ ਵਣੇ ਤਾਂ ਜਹਨਮ ਚ ਆ ਕੇ ਸ਼ੈਤਾਨ ਵੀ ਅੱਗੇ, ਲਿਹਾਜ਼ਾ ਜਿਨਸ ਵਿੱਚ ਜਿਨਸ ਰਲ ਵੰਜਣੀ ਹੈ, ਸ਼ੈਤਾਨ ਨੂੰ ਕੋਈ ਤਕਲੀਫ। ਬਹਿਲੋਲ ਸੁਣ ਲਿਆ ਮੁੱਲਾ ਬਾਜ਼ ਨਹੀਂ ਪਿਆ, ਇਸ ਵੱਟਾ ਚ ਆਇਆ ਕੱਚਾ ਆ ਮਿੱਟੀ ਦਾ ਵੱਟਾ ਖਤ ਕੱਢ। ਕਾਜ਼ੀ ਸਾਹਿਬ ਬਾਹਰ ਰਿਹਾ ਕੁਰਸੀ ਤੋਂ ਚਵੇ ਜ਼ਮੀਨ, ਲੋਕਾਂ ਪਕੜ ਕੀਤਾ ਹੈ ਹਾਰੂਨ ਦੇ ਦਰਬਾਰ ਚ। ਹਾਰੂਨ ਤੇਰੇ ਚੱਚਾ ਜ਼ਾਦ ਭਾਈ ਬਹਿਲੋਲ ਸਾਡੇ ਕਾਜ਼ੀ ਨੂੰ ਮਾਰੇ। ਹਾਰੂਨ ਦਾ ਕਿਉਂ ਬਹਿਲੋਲ ਕਾਜ਼ੀ ਨੂੰ ਤੈ ਮਾਰੇ? ਆਦਾ ਨਹੀਂ ਜੀ ਮੈਂ ਨਹੀਂ ਮਾਰਿਆ, ਅੱਲਾ ਮਾਰਿਆ। ਜ਼ਿੰਦਾਬਾਦ ਯਾਰ ਇਮਾਮ ਹੁਸੈਨ, ਤੁਹਾਨੂੰ ਵਸਤਾ ਰੱਖਾ ਕਾਜ਼ੀ ਰੰਗ ਲਾਵੇ ਸਦਾ ਜੀ। ਆਬਾਦੋ ਸ਼ਾਹ ਕਾਜ਼ੀਆਂ ਦਾ ਨਾਂ ਜੀ ਨਾ ਮੇਰੇ ਸਾਹਮਣੇ ਬਹਿਲੋਲ ਵੱਟਾ ਚਾਹਿਆ, ਮੈਨੂੰ ਵੱਟਾ ਬਹਿਲੋਲ ਮਾਰ। ਜਨਾਬ ਬਹਿਲੋਲ ਆ ਤਾਂ ਛੰਨਾ ਮੁੱਲਾ, ਚਲੋ ਬਕੌਲ ਤੇਰੇ ਵੱਟਾ ਤੱਕ ਬਹਿ ਮਾਰਿਆ। ਵੱਟਾ ਕਿਆ ਹੈ ਮਿੱਟੀ, ਤੂੰ ਕਿਆ ਹੈ ਮਿੱਟੀ? ਜਨਾਬ ਬਹਿਲੋਲ ਆ ਤਾਂ ਤੂੰ ਮਿੱਟੀ, ਮੈਂ ਤੈਨੂੰ ਮਾਰੀ ਮਿੱਟੀ? ਮੈਂ ਤਾਂ ਜਿਨਸ ਵਿੱਚ ਜਿਨਸ ਰਲਾਈ ਹੈ, ਹਜ਼ੂਰ ਨੂੰ ਕਿਹੜੀ ਤਕਲੀਫ ਹੈ? ਮੁੱਲਾ ਦਾ ਬਹਿਲੋਲ ਅਕਲ ਕਰ, ਕਦੀ ਦਰਦ ਹੀ ਨਜ਼ਰ ਆਇਆ? ਜਨਾਬ ਬਹਿਲੋਲ ਆਦਨ ਬਕਵਾਸ ਬੰਦ ਕਰ, ਦਰਦ ਨਜ਼ਰ ਨਹੀਂ ਆਉਂਦਾ, ਅੱਲਾ ਨਜ਼ਰ ਆਉਂਦਾ ਹੈ। ਜਿਵੇਂ ਦਰਬਾਰ ਭਰਿਆ ਹੋਇਆ ਆਈ, ਲੋਕ ਆਖਿਆ ਵਾਹ ਵਾਹ ਬਹਿਲੋਲ, ਸੁਭਾਨ ਅੱਲਾ ਬਹਿਲੋਲ, ਕਿਆ ਬਾਤ ਹੈ ਬਹਿਲੋਲ, ਬੜੇ ਜਵਾਬ ਦਿੱਤੇ ਨੀ। ਜਨਾਬ ਬਹਿਲੋਲ ਸੀਨਾ ਤਾਂ ਕਿਆ ਦਿਨ, ਕਿਉਂ ਨਾ ਜਵਾਬ ਦੇਵਾਂ? ਹਾ ਜ਼ਹਰਾ ਦੇ ਚੰਨ ਦਾ ਮਾਲਕ ਅਦਨ ਦਾ, ਜ਼ਹਰਾ ਦੇ ਚੰਨ ਦਾ ਮਾਲਕ ਅਦਨ ਦਾ, ਮੈਂ ਨੌਕਰ ਮੈਂ ਖਤੇਵਾ। ਜ਼ਿੰਦਾ ਸਲਾਮਤ ਸਾਈਆਂ ਨੂੰ ਆਪਣੇ ਜ਼ਾਕਰ ਬੜੇ ਪਿਆਰੇ। ਸਾਨੂੰ ਉਸ ਵੇਲੇ ਪਤਾ ਲੱਗਾ ਜਿਹੜੇ ਵੇਲੇ ਉਸਤਾਦ ਮੁਹਤਰਮ ਮਲਕ ਮੁਸਤਾਕ ਖੋਖਰ ਮੇਰਾ ਮੌਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਉਹਨਾਂ ਪਾਕ ਹੁਸੈਨ ਅਲੈਹਿ ਸਲਾਮ ਨੂੰ ਅਸਤੀਫਾ ਦੇ ਛੋੜਿਆ ਹੈ। ਮੌਲਾ ਲੋਕ ਮੈਨੂੰ ਖੋਦਾ ਛੱਡੇ ਮਸਦਰ, ਮੈਂ ਬਿਸਮਿਲਾ, ਮੇਰੇ ਕੋਲ ਇਹ ਲਫ਼ਜ਼ ਬਰਦਾਸ਼ਤ ਨਹੀਂ, ਅਗਰ ਮੇਰੀ ਨੌਕਰੀ ਚਾਹੀਦੀ ਤਾਂ ਮੈਨੂੰ ਦਾੜੀ ਅਤਾ ਕਰ। ਤਾਂ ਬਜ਼ੁਰਗ ਜਾਣਦੇ ਨੇ, ਬੱਚੇ ਨਹੀਂ ਜਾਣਦੇ। ਮਾਲਕਾ ਅਸਤੀਫਾ ਕਬੂਲ ਨਾ ਕੀਤਾ, ਦਾੜੀ ਮਿਲ ਗਈ ਤਾਂ ਸਾਈਂ ਨੂੰ ਆਪਣੇ ਜ਼ਾਕਰ ਪਿਆਰੇ ਹੈ ਨਾ ਬਾਬਾ, ਜਿਨ੍ਹਾਂ ਜ਼ਾਕਰਾਂ ਦਾ ਉਹਨਾਂ ਇਸ ਕਸੀਦੇ 'ਚ ਜ਼ਿਕਰ ਕੀਤਾ, ਉਹਨਾਂ ਦੇ ਕਲਾਮ 'ਤੇ ਮੋਹਰ ਲੱਗਦੀ ਆਈ।
میر انیس تے مرزا دبیر. مرزا دبیر لکھنؤ دی جامع مسجد دے کنٹرولر ہاں, پرنسپل انچارج. ایک دن مرزا صاحب پڑھا رہے, بچا دے قبلہ دروازے تے پردہ دار ہے. مرزا صاحب دے پگ دے پیچ گالے چاک نہ لے نہیں سملے, وہ بھالے قدم چا کے گیٹ تے آئے, برکے تے نگاہ پئی, کن چکی آدن پردہ دار, کوئی ضرورت آ بچہ بھیجوا, میں ٹر کے آوا. تسا ٹر کے کیوں آئے ہو کہ بطول دا بلنا نہیں بھولدا. شالا وسدار نے دھیا دے پردے ہونے